मान करूं तुझी उपरे मेरे प्रीतम प्यारे हम अपराधी सदपूते तुम बख्शनहारे तुम बख्शनहारे तेरे कवन कवन गुण कह कह गावा तू साहिब गुणीन धन्ना तुमरी महिमा वर्ण न सकूं तुम ठाकुर उच्च भगवाना तुमरी महिमा वर्ण न सकूं तुम ठाकुर उच्च भगवान धन गुरु नानक 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 तीने ताप निवारण हारा दुख हंता सुख रास ताको बिगड़ना को लागे या कि प्रभ आगे अरदास गल्ला ना करो पीछे पाई सारी संगत दीवान च हाजरियां भरो बैठो आज सरोवर के दूजे पासे स्कूल बनिया है बच्चे पढ़न आते हैं क्लासा लग दिया है पढ़ाई दे समय पढ़ाई ही चलती है मां सही कर पाई चीका यमराई ना हुण तेरे दो दिन रह गए हुण तू खराब ही करना दो दिन सारिया संगतां दे ये दिन भागां वाले मिले से परमा
ਪਰਮਾਤਮਾ ਦੀ ਮੌਜ ਹੁੰਦੀ। ਸਹੀ ਗੱਲ ਵੀ ਪਰਮਾਤਮਾ ਦੀ ਮੌਜ ਹੁੰਦੀ, ਸਮੁੰਦਰ ਚੋਂ ਬੱਦਲ ਬਣ ਕੇ ਉੱਡ ਕੇ ਆਉਂਦੀ ਹੈ। ਤੇ ਵਰਸਦੇ ਆ ਸੁੱਕਿਆਂ ਸੜਿਆਂ ਨੂੰ, ਸਭ ਨੂੰ ਹਰਿਆਂ ਕਰਦੇ ਆ, ਫਸਲਾਂ ਨੂੰ, ਪਸ਼ੂਆਂ, ਪੰਛੀਆਂ, ਕੀੜਿਆਂ ਨੂੰ, ਧਰਤੀ ਨੂੰ, ਦਰਖਤਾਂ ਨੂੰ, ਸਭ ਨੂੰ ਲਾਭ ਹੁੰਦਾ ਹੈ। ਜਦੋਂ ਬਰਸਾਤ ਪੈਂਦੀ, ਅੱਜ ਇਹ ਪਤਾ ਨਹੀਂ ਇਹਨੇ ਕੀ ਕੀਤਾ ਸਪੀਕਰਾਂ ਨੂੰ, ਆਵਾਜ਼ ਜੀ ਸੈੱਟ ਨਹੀਂ, ਆਵਾਜ਼ ਗੂੰਜਦੀ ਜੀ ਹੋਰ ਤਰ੍ਹਾਂ ਆਵਾਜ਼, ਇਹ ਬਕਸੇ ਬੁਕਸੇ ਬਦਲ ਕੇ ਰੱਖੇ ਆ, ਤੂੰ ਫਿਰ ਆਵਾਜ਼ ਨੂੰ ਸੈੱਟ ਕਰਨਾ, ਇੱਥੋਂ ਆਵਾਜ਼ ਸਹੀ ਨਹੀਂ। ਪਰਮਾਤਮਾ ਦੀ ਵੀ ਮਿਹਰ ਦੇ ਬੱਦਲ, ਉਹਦੀਆਂ ਰਹਿਮਤਾਂ ਦੇ ਬੱਦਲ ਬਣ ਕੇ ਆਉਂਦੇ ਆ ਤੇ ਵਰਸਦੇ ਨੇ, ਜੀਵਾਂ ਤੇ ਵਰਸਦੇ ਆ, ਸਭ ਨੂੰ ਲਾਭ ਹੁੰਦੇ ਆ। ਮਹਾਂਪੁਰਸ਼ਾਂ ਦੇ ਦੀਵਾਨ ਸੀ ਪੁੱਛ ਆਪਣੇ ਲੁਧਿਆਣੇ 40 ਦਿਨ ਬਾਬਾ ਈਸ਼ਰ ਸਿੰਘ ਜੀ ਦੇ, ਇੱਕ ਸਰਦਾਰ ਸੀ ਜਿਨ੍ਹਾਂ ਦੀ ਫੈਕਟਰੀ 'ਚ ਬਾਬਾ ਜੀ ਰਹੇ ਸੀ। ਉਹਨਾਂ ਦੇ ਉਸ ਸਮੇਂ ਜੱਸਲ ਇੰਜਣ ਬਣਦਾ ਸੀ, ਵੱਡਾ ਇੰਜਣ ਉਹਨਾਂ ਦਾ ਹੀ ਬਣਦਾ ਸੀ ਫੈਕਟਰੀ 'ਚ, ਛੋਟੇ ਛੋਟੇ ਤਾਂ ਪੀਟਰ ਬੜੇ ਸੀ, ਵੱਡਾ ਇੰਜਣ ਉਹਨਾਂ ਨੇ ਬਣਾਇਆ ਸੀ। ਮਿਸਤਰੀ ਸੀ, ਵਰਕਸ਼ਾਪ, ਕਰੇਨਾਂ ਲੱਗੀਆਂ ਸੀ, ਲੇਬਰ ਲੱਗੀ ਹੋਈ ਸੀ, ਆਪ ਸਾਰਾ ਪਰਿਵਾਰ ਲੱਗਾ ਸੀ। ਬਾਬਾ ਜੀ ਨੇ ਉੱਥੇ 40 ਦਿਨ ਬਖਸ਼ੇ। ਸ਼ਹਿਰ ਵਾਲੀ ਸੰਗਤ ਕਹਿ ਬਾਬਾ ਜੀ ਸ਼ਹਿਰ ਵਿੱਚ ਗੁਲਮੋਹਰ ਹੋਟਲ 'ਚ ਪੂਰਾ ਪ੍ਰਬੰਧ ਕਰਤਾ ਹੈ, ਕਮਰਿਆਂ ਦਾ, ਰਹਿਸ਼ ਦਾ, ਪਿੱਛੇ ਬਾਗ ਸੀ ਗੁਲਮੋਹਰ ਹੋਟਲ, ਉਸ ਤੋਂ ਉਸ ਸਮੇਂ ਸਭ ਤੋਂ ਵਧੀਆ ਸੀ। ਬਾਬਾ ਜੀ ਗੁਲਮੋਹਰ ਹੋਟਲ 'ਚ ਰਹਿਣ, ਹੋਟਲ ਵਾਲੇ ਵੀ ਬੇਨਤੀ ਕਰਨ ਕਿ ਪਿੱਛੇ ਜਿੰਨੇ ਕਮਰੇ ਅਤੇ ਬਾਗ ਸਾਰਾ ਆਪ ਜੀ ਵਾਸਤੇ ਆ, ਇੱਥੇ ਰਵੋ। ਸਰਦਾਰ ਕਹਿਣ ਬਾਬਾ ਜੀ ਅਸੀਂ ਬਾਹਰ ਫੈਕਟਰੀ ਲਾਈਏ, ਸ਼ਹਿਰੋਂ ਬਾਹਰ ਸੀ ਉਸ ਸਮੇਂ ਢੋਲੇ ਵਾਲਾ ਚੌਂਕ, ਉੱਥੇ ਬਾਬਾ ਜੀ ਵਾਸਤੇ ਨਹਾਉਣ ਵਾਲੀ ਤਲਾਈ ਵੀ ਬਣਾਈ, ਸੇਵਾਦਾਰਾਂ ਦੇ ਰਹਿਣ ਵਾਸਤੇ ਬਾਬਾ ਜੀ ਦਾ ਕਮਰਾ ਸੇਵਾਦਾਰਾਂ ਵਾਸਤੇ, ਕਿ ਬਾਬਾ ਜੀ ਨੇ ਦੀਵਾਨ ਲਾਉਣੇ ਆ ਤੇ ਸਾਡੇ ਕੋਲ ਰਹਿਣਗੇ ਮਹਾਂਪੁਰਸ਼ ਨਾਲ ਸੇਵਾਦਾਰ ਕੀਰਤਨੀਏ ਸੰਗਤਾਂ। ਇੱਕ ਪਾਸੇ ਗੁਲਮੋਹਰ ਹੋਟਲ, ਇੱਕ ਪਾਸੇ ਉਹ ਸੰਗੀ। ਬਾਬਾ ਜੀ ਨੇ ਕਿ ਵੇਖਿਆ ਕਿ ਹੁਣ ਸ਼ਹਿਰ ਵਾਲੀ ਸੰਗਤ ਸ਼ਹਿਰ 'ਚ ਚਾਹੁੰਦੀ ਏ, ਅਤੇ ਦੂਰ ਤਾਂ ਉਹ ਵੀ ਨਹੀਂ ਇੰਨਾ ਦੂਰ, ਸਾਧਨ ਹੁੰਦੇ ਹੀ ਨੇ। ਬਾਬਾ ਜੀ ਕਹਿਣ ਲੱਗੇ ਆਪਾਂ ਗੁਰੂ ਸਾਹਿਬ ਤੋਂ ਆਗਿਆ ਲੈ ਲੈਂਦੇ ਹਾਂ, ਪਰਚੀਆਂ ਪਾ ਲੈਂਦੇ ਹਾਂ ਜਿਨ੍ਹਾਂ ਦੀ ਨਿਕਲ ਆਏਗੀ। ਦੋ ਪਾਸੇ ਸੰਗਤਾਂ ਸੀ, ਮਹਾਂਪੁਰਸ਼ ਲਾਜ ਪੈਜ ਰੱਖਦੇ ਆ, ਸੇਵਕਾਂ ਦੀ ਸੁਣਦੇ ਆ। ਜਿਹੜਾ ਸਮਾਂ ਸੰਭਾਲ ਲਵੇ, ਇਹਨਾਂ ਨੇ ਫੈਕਟਰੀ ਨਵੀਂ ਲਾਈ, ਇੰਜਣ ਬਣਦੇ ਵੀ ਬਾਬਾ ਜੀ ਸਮਾਂ ਦੇਣ,
ਅਸੀਂ ਸਭ ਕੁਛ ਕੁਰਬਾਨ ਕਰ ਦਿਆਂਗੇ, ਤਨ ਮਨ ਧਨ ਨਾਲ ਸੇਵਾ ਕਰਾਂਗੇ। ਤਨ ਮਨ ਧਨ ਦੀ ਸੇਵਾ ਹੈ ਜਦੋਂ ਕਰੀਏ ਨਾ, ਫਿਰ ਕੋਈ ਚੀਜ਼ ਪਿੱਛੇ ਨਾ ਰੱਖੀਏ ਲੁਕੋ ਕੇ। ਤਨ ਮਨ ਧਨ ਗੁਰਾਂ ਨੂੰ ਅਰਪਣ ਕਰ ਦਈਏ, ਤਨ ਮਨ ਧਨ ਸੇਵਾ ਚ ਲਾ ਦਈਏ। ਬਾਬਾ ਜੀ ਨੇ ਪਰਚੀਆਂ ਪਾਈਆਂ, ਜਿੱਥੇ ਬਾਬਾ ਜੀ ਦੀ ਰਜਾ ਸੀ ਉਹੋ ਹੀ ਪਰਚੀ ਨਿਕਲਣੀ ਸੀ। ਜਸਲਾ ਦੇ ਹੁਕਮ ਹੋ ਗਿਆ ਵੀ ਉੱਥੋਂ ਦੀ ਪਰਚੀ ਆ ਗਈ। ਬਾਬਾ ਜੀ ਫਿਰ ਉਹਨਾਂ ਦੀ ਫੈਕਟਰੀ ਚ ਰਹੇ 40 ਦਿਨ। ਸਾਰੇ ਭਰਾ ਪੁੱਤਰ ਨੌਵਾਂ ਬੱਚੇ ਰਿਸ਼ਤੇਦਾਰ ਸਭ ਸੇਵਾ ਚ ਲੱਗ ਗਏ। ਜਿੰਨੇ ਮਿਸਤਰੀ ਉਹਨਾਂ ਨੂੰ ਕਿਹਾ ਤੁਹਾਨੂੰ ਦਿਹਾੜੀ ਤਨਖਾਹ ਪੂਰੀ ਮਿਲੇਗੀ, ਮਜ਼ਦੂਰਾਂ ਨੂੰ ਕਿਹਾ ਤੁਹਾਨੂੰ ਮਜ਼ਦੂਰੀ ਮਿਲੇਗੀ, ਪਰ ਆਪਾਂ ਹੁਣ 40 ਦਿਨ ਫੈਕਟਰੀ ਨਹੀਂ ਚਲਾਉਣੀ, ਹੁਣ 40 ਦਿਨ ਮਹਾਂਪੁਰਖਾਂ ਦੀ ਸੇਵਾ ਕਰਨੀ। ਜਿਹੜੇ ਇੰਜਣ ਇਹਨਾਂ ਦੀ ਸੇਵਾ 'ਚ ਤਿਆਰ ਹੋਣਗੇ ਨਾ, ਉਹ ਤਾਂ ਸਦਾ ਹੀ ਚੱਲਣਗੇ। ਸਦਾ ਹੀ ਜਨਰੇਟਰ ਉਹ ਚਾਨਣ ਕਰਨਗੇ, ਸਦਾ ਹੀ ਇੰਜਣ ਉਹ ਪਾਣੀ ਦੇਣਗੇ। ਬਾਬਾ ਜੀ ਨੇ ਉੱਥੇ ਕਿਰਪਾ ਕੀਤੀ, 40 ਦਿਨ ਦਾ ਸਮਾਂ ਦਿੱਤਾ, ਮਿਸਤਰੀਆਂ ਨੂੰ ਤਨਖਾਹ ਮਿਲਦੀ ਪਰ ਮਿਸਤਰੀ ਲੰਗਰ ਦੀ, ਬਾਬਾ ਜੀ ਦੀ ਸੇਵਾ ਕਰਦੇ, ਮਜ਼ਦੂਰਾਂ ਨੂੰ ਮਜ਼ਦੂਰੀ, ਤਨਖਾਹ ਮਿਲਦੀ, ਸਾਰੇ ਸੇਵਾ ਕਰਦੇ ਆ। ਫੈਕਟਰੀ ਸਾਰੀ ਬੰਦ, ਵੀ ਸਾਰੀ ਉਮਰ ਆਪਾਂ ਇੰਜਣ ਹੀ ਬਣਾਉਣੇ ਆ, ਸਾਰੀ ਉਮਰ ਆਪਾਂ ਫੈਕਟਰੀਆਂ ਹੀ ਚਲਾਉਣੀਆਂ ਏ। ਬਾਬਾ ਈਸ਼ਰ ਸਿੰਘ ਜੀ ਨੇ ਫਿਰ ਪਤਾ ਨਹੀਂ ਆਉਣਾ ਏ ਕਿ ਨਹੀਂ ਆਉਣਾ, ਆਖੋ ਸ੍ਰੀ ਮਹਾਂਪੁਰਸ਼ਾਂ ਨੇ ਸਮਾਂ ਦੇਣਾ ਹੈ ਕਿ ਨਹੀਂ ਦੇਣਾ। ਅੱਜ ਸਭ ਕੁਝ ਲੇਖੇ ਲਾ ਦਿਓ, ਸਾਰੀ ਉਮਰ ਚਲਾਵਾਂਗੇ ਫੈਕਟਰੀਆਂ, ਖਾਵਾਂਗੇ ਕਮਾਵਾਂਗੇ, ਹੁਣ ਧਨ ਲੇਖੇ ਲਾ ਲਈਏ। ਫਿਰ ਇਹ ਮਹਾਂਪੁਰਸ਼ਾਂ ਦੀ ਸੇਵਾ ਕੀਤੀਆਂ, ਉਹਨਾਂ ਦੀਆਂ ਫਿਰ ਫੈਕਟਰੀਆਂ ਚੱਲੀਆਂ, ਬੜੇ ਬੜੇ ਕਾਰੋਬਾਰ ਵਧੇ। ਜਸਲ ਇੰਜਣ ਤੋਂ ਫਿਰ ਉਹਨਾਂ ਨੇ ਸ਼ੂਗਰ ਮਿਲ ਦਾ ਜਿੰਨੇ ਰੂਲੇ ਸੀ, ਛੋਟੇ ਤੋਂ ਲੈ ਕੇ ਵੱਡੇ, ਵੱਡੀਆਂ ਮਿੱਲਾਂ ਦੇ ਰੂਲੇ, ਗੰਨਾ ਪੀੜਨ ਵਾਲੇ ਜਿਹੜੇ ਟਰਾਲੀਆਂ ਦੇ ਟਰਾਲੀ ਪੀੜ ਦਿੰਦੇ ਇਕੱਠੀ, ਉਹ ਰੂਲੇ ਉਹਨਾਂ ਦੇ ਤਿਆਰ ਹੁੰਦੇ ਸੀ ਉੱਥੇ। ਬੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਸੀ, ਲੋਹਾ ਢਾਲਣ ਵਾਲੀਆਂ ਭੱਠੀਆਂ ਲੱਗੀਆਂ ਸੀ, ਹਜ਼ਾਰਾਂ ਮਿਸਤਰੀ ਮਜ਼ਦੂਰ ਲੱਗੇ ਸੀ। ਤੇ ਯਾਦ ਕਰਦੇ ਸੀ ਜਿਹੜੀ ਬਾਬਾ ਜੀ ਦੀ ਸੇਵਾ ਕਰ ਲਈ, ਜਿਹੜੀ ਮਹਾਂਪੁਰਖਾਂ ਦੀ ਸੇਵਾ ਕਰ ਲਈ, ਬਈ ਉਹੋ ਹੀ ਲੇਖੇ ਆ। ਕੰਮ ਤਾਂ ਬੜੇ ਚੱਲੀ ਜਾਂਦੇ ਆ, ਬੜੇ ਦੂਰ ਤੱਕ ਰੂਲੇ ਜਾਂਦੇ ਆ ਸ਼ੂਗਰ ਮਿੱਲਾਂ ਚ ਸਾਰੀ ਯੂਪੀ ਦੇ ਵਿੱਚ, ਪਰ ਮਹਾਂਪੁਰਸ਼ ਨਹੀਂ ਲੱਭਣੇ। ਇਹ ਸਮਾਂ ਹੁੰਦਾ ਹੈ ਫਿਰ ਨਹੀਂ ਲੱਭਦੇ, ਨਹੀਂ ਉਹ ਲੱਭਣੇ। ਲਾਲ ਗੁਆਚੇ ਮਿੱਟੀ ਦਾ ਫਰੋਲ ਜੋਈ ਆ, ਇਹ ਫਿਰ ਨਹੀਂ ਲੱਭਦੇ। ਬੱਦਲ ਬਣ ਕੇ ਆਏ, ਵਰਸ ਕੇ ਚਲੇ ਗਏ, ਉਹਨਾਂ ਦਾ ਕੋਈ ਮਤਲਬ ਹੀ ਨਹੀਂ ਸੀ, ਹੋਰ ਉਹ ਤਾਂ ਵਰਸਣ ਆਏ ਸੀ। ਕੱਲ ਵੀ ਆਪਾਂ ਪੜ੍ਹਿਆ ਸੀ ਕਿ ਲੋਕਾਂ ਨੂੰ ਕੀ ਪਤਾ ਹੈ, ਉਹ ਤਾਂ ਕਹਿੰਦੇ ਬਾਬਿਆਂ ਨੇ ਡੇਰਾ ਖੋਲਿਆ ਇੱਥੇ, ਸ਼ਾਇਦ ਕਿਸੇ ਲਾਲਚ ਨੂੰ, ਕਿਸੇ
ਗੱਲ ਨੂੰ ਇਹ ਡੇਰੇ ਬਣਾਇਆ, ਪਰ ਉਹਨਾਂ ਨੂੰ ਕੀ ਪਤਾ ਇਹ ਸਾਡੇ ਭਲੇ ਵਾਸਤੇ, ਅਸੀਂ ਭਲਾ ਕਰਵਾ ਲਈਏ, ਅਸੀਂ ਆਪਣਾ ਭਲਾ ਕਰਾ ਲਈਏ, ਰੱਬੜ ਨਹੀਂ ਉਹ ਲੱਭਣੇ, ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਲੋਲ ਜੋਗਿਆ ਨਹੀਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਲੋਲ ਜੋਗਿਆ ਲੱਭਣੇ ਲਾਲ ਗੁਆਚੇ
ਮਿੱਟੀ ਨਾਲ ਫਰੋਲ ਜੋਗੀਆਂ, ਸਮੇਂ ਨਹੀਂ ਫਿਰ ਬਣਦੇ। ਅੱਜ ਬਾਬਾ ਈਸ਼ਰ ਸਿੰਘ ਜੀ ਦੁਬਾਰਾ ਮਿਲ ਜਾਣਗੇ, ਉਹੋ ਜਿਹੇ ਸਮਾਗਮ ਬਣਨਗੇ। ਉਹੋ ਜਿਹੇ ਸਮਾਗਮ ਬਣ ਜਾਣ, ਮਹਾਂਪੁਰਖ ਵੀ ਆ ਜਾਣ, ਸਾਨੂੰ ਉਹੋ ਜਿਹਾ ਸਮਾਂ ਭਾਵਨਾ ਮਿਲੇਗੀ, ਲਾਹਾ ਖੱਟਾਂਗੇ। ਸਮਾਂ ਨਹੀਂ ਗਵਾਉਣਾ ਚਾਹੀਦਾ। ਮੂਰਖ ਲੋਕ ਸਮਾਂ ਗਵਾਉਂਦੇ ਆ, ਹੋਸ਼ੇ ਲੋਕ ਸਿਆਣੇ ਲੋਕ ਤਾਂ ਸਮਾਂ ਸੰਭਾਲਦੇ ਆ। ਨਿਕਲ ਜਾਏ ਨਾ ਮੌਕਾ ਹੱਥ ਸੇ, ਇਹ ਸਮਾਂ ਨਾ ਨਿਕਲ ਜਾਏ, ਇਹ ਫਿਰ ਦੁਬਾਰਾ ਮਿਲਣਾ ਨਹੀਂ। ਮਹਾਂਪੁਰਖਾਂ ਦੀ ਸੇਵਾ ਖਰੀ, ਸਾਕਤ ਕੀ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਸਦਾ ਸਹੇਲੀ। ਕਹਿੰਦੇ ਜਿਹੜੇ ਦੂਜਿਆਂ ਦੀਆਂ ਸੇਵਾ ਕਰਦੇ ਨਾ, ਉਹ ਦੁੱਖਦਾਈ ਨੇ। ਜਿੰਨੇ ਮਿੱਤਰ ਬਣਾਏ, ਜਿੰਨੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਛਕਾਏ, ਜਿੰਨੇ ਉਹਨਾਂ ਦੇ ਸਤਿਕਾਰ ਕੀਤੇ, ਉਹ ਨੁਕਸੀ ਦੇਖ ਕੇ ਜਾਂਦੇ। ਰਿਸ਼ਤੇਦਾਰਾਂ ਦੀ ਜਿੰਨੀ ਮਰਜ਼ੀ ਮਿਹਰਬਾਨੀ ਕਰ ਲਓ, ਉਹ ਉਲਟਾ ਮਾੜਾ ਹੀ ਸੋਚਦੇ ਜਾਂਦੇ ਆ ਵੀ ਇਹ ਵੱਧ ਕਿਉਂ ਗਏ। ਕਹਿੰਦੇ ਨੇ ਸਾਕਤ ਕੀ ਸੇਵਾ ਖਰੀ ਦੁਹੇਲੀ, ਸਾਧ ਕੀ ਸੇਵਾ ਆਪਣੇ ਹੋਏ। ਮਹਾਂਪੁਰਖਾਂ ਦੀ ਸੇਵਾ ਹੀ ਇਹ ਸੁਖਦਾਈ, ਇੰਨੇ ਕੋਈ ਦੁੱਖ ਥੋੜਾ ਦੇਣਾ। ਆ ਸੇਵਾ ਕਰਦੀ ਜੀ, ਭਾਵੇਂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਸੱਦ ਕੇ ਘਰੇ ਉਹਦਾ ਭੋਜਨ ਪਾਣੀ ਕਰ ਦਿਓ, ਖਾਤਰ ਕਰ ਲਓ, ਉਹ ਤੁਹਾਨੂੰ ਦਰਗਾਹ 'ਚ ਫਲ ਨਹੀਂ ਮਿਲਣ ਲੱਗਾ। ਇੱਥੇ ਵੀ ਪਤਾ ਨਹੀਂ ਮਿਲਣਾ ਕੁਝ ਕਿ ਨਹੀਂ ਮਿਲਣਾ। ਜਿੰਨੀਆਂ ਮਰਜ਼ੀ ਪਾਣੀ ਭਰੀ ਜਾਓ ਕਿਸੇ ਦੇ, ਪਰ ਗੁਰੂ ਦੀ ਸੇਵਾ, ਮਹਾਂਪੁਰਖਾਂ ਦੀ, ਸਾਧੂਆਂ ਦੀ, ਸੰਤਾਂ ਦੀ ਸੇਵਾ ਸਾਡੇ ਲਈ ਸੁਖਦਾਈ ਹੈ। ਸਭ ਥਾਈ ਸਾਧ ਕੀ ਸੇਵਾ ਸਦਾ ਸਹੇਲੀ, ਮਾਨਸ ਕੀ ਸੇਵਾ ਖਰੀਦ ਹੇਲੀ। ਮਾਨਸ ਸੇਵਾ ਮਾਨਸ ਕੀ ਮਾਨਸ ਸੇਵਾ ਖਰੀਦ ਹੇਲੀ, ਜਿਹੜੀ ਬੰਦਿਆਂ ਦੀ ਖਾਤਰ ਕਰਦੇ ਆ ਨਾ, ਜਿਹੜੀ ਲੋਕਾਂ ਦੀ ਖਾਤਰ ਕਰਦੇ ਆ ਆਪਾਂ। ਪਹਿਲਾਂ ਮੁੜ ਤੋਂ ਹੀ ਪੜ੍ਹਦੇ ਹਾਂ, ਤਿਸ ਤੂੰ ਸੇਵ ਜਿਨ ਤੂੰ ਕੀਆ, ਤਿਸ ਅਰਾ ਜਿਨ ਜਿਉਂਦਿਆ। ਉਹਦੀ ਸੇਵਾ ਕਰ ਜਿਹਨੂੰ ਜਿਹਨੇ ਪੈਦਾ ਕੀਤਾ। ਤੇਰੇ ਹੱਥ ਕਿੰਨੇ ਬਣਾਏ ਆ, ਪੈਰ ਕਿੰਨੇ ਬਣਾਏ ਆ, ਅੱਖਾਂ ਕਿੰਨੇ ਬਣਾਈਆਂ, ਸਰੀਰ ਕਿੰਨੇ ਬਣਾਇਆ, ਮਾਂ ਦੇ ਗਰਭ 'ਚ ਕਿੰਨੇ ਘੜਿਆ, ਦੱਸ ਕੋਈ ਡਾਕਟਰ ਹੈਗਾ ਜਿਨ੍ਹਾਂ ਦੇ ਲਈ ਪੁੱਤ ਪੁੱਤ ਬਣਾ ਦੇ। ਬਣੇਗਾ ਪਰਮਾਸ਼ ਪਰਮਾਤਮਾ ਦੀ ਵਿਧੀ ਨਾਲ ਹੀ, ਡਾਕਟਰ ਥੋੜਾ ਬੰਦਾ ਬਣਾ ਦੇਣਗੇ। ਮਾਂ ਬਾਪ ਦੇ ਪੇਟੋਂ ਬੱਚਾ ਜਨਮ ਲਏਗਾ, ਪਰਮੇਸ਼ਰ ਦੀ ਕੁਦਰਤ ਉਹਦੀ ਘਟਨਾ ਘਟ ਉਹਦੀ ਉਹਨੂੰ, ਫਿਰ ਰੱਬ ਦੀ ਰਜ਼ਾ ਵਿੱਚ ਉਹ ਬੱਚਾ ਸਹੀ ਸਲਾਮਤ ਜੰਮੇਗਾ, ਉਹਨੂੰ ਰੱਬ ਪਰਮਾਤਮਾ ਉਹਦੇ 'ਚ ਸਾਹ ਪਾਏਗਾ। ਕਿੰਨੀਆਂ ਨਾੜੀਆਂ, ਕਿੰਨੀ ਮਸ਼ੀਨਰੀ, ਇਹ ਆ ਰੋਜ਼ ਸਾਡੀਆਂ ਵਿਗੜੀਆਂ ਰਹਿੰਦੀਆਂ। ਇਹ ਕਦੀ ਕਿਸੇ ਦਾ ਕੋਈ ਪੁਰਜਾ ਖਰਾਬ ਹੋ ਗਿਆ, ਕਦੀ ਕੋਈ ਪੁਰਜਾ, ਤੇ ਰੱਬ ਦੀ ਇਹ ਬਣਾਈ ਹੋਈ ਦਿਲ
ਇਹ ਜੇ ਖਰਾਬ ਹੋ ਗਿਆ ਤਾਂ ਫਿਰ ਕੰਮ ਚੱਲਣਾ ਹੀ ਨਹੀਂ, ਜੇ ਇਹਦੇ 'ਚ ਕੋਈ ਨੁਕਸ ਪੈ ਗਿਆ ਫਿਰ ਨਹੀਂ ਕੰਮ ਚੱਲਣਾ, ਬਾਕੀ ਤਾਂ ਸਰ ਜਾਂਦਾ। ਕਿਡਨੀਆਂ ਬਣਾਈਆਂ ਗੁਰਦੇ ਕਿੰਨੇ ਕਰੋੜਾਂ ਰੁਪਈਆ ਲਾ ਲਈ ਦਾ ਮੁੜ ਕੇ ਗੱਲ ਨਹੀਂ ਬਣਦੀ। ਅੱਖਾਂ ਨੱਕ ਕੰਨ ਪੈਰ ਹੱਥ ਪਰਮਾਤਮਾ ਨੇ ਦਿੱਤੇ ਆ, ਤੂੰ ਕਹਿੰਦੇ ਸੇਵਾ ਉਹਦੀ ਕਰ, ਜਿੰਨੇ ਤੈਨੂੰ ਕੀਤਾ ਏ ਤੂੰ ਦੂਜਿਆਂ ਦੀ ਬੰਦਿਆਂ ਦੀ ਕਰਦਾ। ਫਿਰ ਉਹਨੂੰ ਅਰਾਧ ਜਿੰਨੇ ਤੇਰੇ ਅੰਦਰ ਜਾਣ ਪਾਈ। ਤਿਸ ਕਾ ਚੱਕਰ ਹੈ ਫਿਰ ਡਾ ਨਾ ਲਾਗੇ, ਤਿਸ ਕੀ ਕਰ ਪੋਤਦਾਰੀ ਫਿਰ ਦੁੱਖ ਨਾ ਲਾਗੇ। ਉਹਦਾ ਚਾਕਰ ਬਣ, ਤੈਨੂੰ ਡਰ ਨਹੀਂ ਲੱਗੇਗਾ ਚਾਕਰੀਆਂ ਕਿਹਨਾਂ ਦੀਆਂ ਕਰਦਾ, ਕਿਹੜੇ ਬੰਦਿਆਂ ਦੀਆਂ ਚਾਕਰੀਆਂ ਕਰਦਾ ਤੂੰ, ਫਿਰ ਤੈਨੂੰ ਡੰਨ ਵੀ ਲੱਗਦੇ ਆ। ਆਖੋ ਸ੍ਰੀ ਉਹਨਾਂ ਦੀਆਂ ਚਾਕਰੀਆਂ ਕੀਤੀਆਂ ਤੇ ਤੈਨੂੰ ਇੱਕ ਦਿਨ ਡੰਨ ਵੀ ਲੱਗਣੇ ਆ। ਉਹਦੀ ਪੋਤਦਾਰੀ ਕਰ, ਤੈਨੂੰ ਦੁੱਖ ਨਹੀਂ ਲੱਗੇਗਾ, ਪਰਮਾਤਮਾ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖ। ਇਹ ਵੱਡ ਭਾਗ ਹੋਇਆ ਜਿਸ ਪ੍ਰਾਣੀ, ਸੋ ਪਾਏ ਇਹੋ ਪਦ ਨਿਰਮਾਣੀ। ਜਿਹਦੇ ਏਡੇ ਵੱਡੇ ਭਾਗ ਹੋਣ, ਉਹੀ ਰੱਬ ਨੂੰ ਮਨਾਵੇ, ਉਹੀ ਰੱਬ ਨੂੰ ਪਰਮਾਤਮਾ ਨੂੰ ਜਪੇ, ਉਹੀ ਸਿਮਰੇ, ਉਹੀ ਸੇਵਾ ਕਰੇ, ਉਹੀ ਇਹ ਪਦਵੀ ਪਾਵੇ। ਏਡੀ ਵੱਡੀ ਪਦਵੀ ਮਿਲ ਕਿੱਥੋਂ ਸਕਦੀ ਹੈ? ਸੇਵਾ ਦੀ, ਸਿਮਰਨ ਦੀ, ਸਤਸੰਗ ਦੀ, ਇਹ ਸਾਧ ਸੰਗਤ ਦੀ ਸੇਵਾ ਵਾਲੀ ਵੱਡੀ ਪਦਵੀ ਏ, ਇਹ ਉਹੀ ਪਾ ਸਕਦਾ ਜਿਹਦੇ ਤੇ ਉਹ ਕਿਰਪਾ ਕਰੇ। ਦੂਜੀ ਸੇਵਾ ਜੀਵਨ ਬਿਰਥਾ, ਕਸ਼ੂ ਨਾ ਹੋਈ ਹੈ ਪੂਰਨ ਅਰਥਾ। ਦੂਜੀਆਂ ਸੇਵਾ ਚ ਜੀਵਨ ਬਿਰਥਾ ਹੈ, ਕੋਈ ਵੀ ਅਰਥ ਨਹੀਂ ਪੂਰਾ ਹੁੰਦਾ ਕੋਈ ਵੀ। ਕਰ ਕਰਕੇ ਵੇਖ ਲਓ, ਕੋਈ ਕਰ ਕਰਕੇ ਵੇਖ ਲਓ। ਸਾਡੇ ਉੱਥੇ ਸਾਰੇ ਵੱਡੇ ਵੱਡੇ ਮਨਿਸਟਰ ਆਉਂਦੇ ਆ, ਪੁੱਛੋ ਸਾਹਿਬ ਮਹਾਂਪੁਰਸ਼ ਪੁੱਛੋ ਵਾਲਿਆਂ ਦੇ ਕੋਲ ਆਉਣਾ ਸੀ। ਉਸ ਸਮੇਂ ਦੇ ਚੀਫ ਮਨਿਸਟਰ ਨੇ ਪਿੰਡ ਵਾਲਿਆਂ ਨੇ ਕੁਝ ਮੰਗਾਂ ਤਿਆਰ ਕੀਤੀਆਂ ਵੀ ਆ ਚੀਫ ਮਨਿਸਟਰ ਤੋਂ ਮੰਗਾਂ ਰੱਖਣੀਆਂ ਨੇ। ਬਾਬਾ ਜੀ ਥੋੜ੍ਹਾ ਜਿਹਾ ਸੋਚਾਂ 'ਚ ਪੈ ਗਏ, ਕਹਿੰਦੇ ਭਾਈ ਤੁਹਾਡੇ ਸ਼ਾਬਾਸ਼ੇ ਪਿੰਡ ਵਾਲਿਓ, ਸ਼ਾਬਾਸ਼ ਉਹ ਚੀਫ ਮਨਿਸਟਰ ਤਾਂ ਆਪ ਇੱਥੇ ਮੰਗਤਾ ਬਣ ਕੇ ਆ ਰਿਹਾ ਏ, ਤੇ ਹੁਣ ਮੈਨੂੰ ਤੁਸੀਂ ਉਹਦਾ ਮੰਗਤਾ ਬਣਾਓ, ਮੈਂ ਉਹਦਾ ਮੰਗਤਾ ਬਣਾਂਗਾ। ਸਾਡੇ ਮਾਲਕ ਭਾਵ ਕੇ ਮਹਾਂਪੁਰਸ਼ਾਂ ਦੇ ਕੋਲ ਉਹ ਮੰਗਤਾ ਬਣ ਕੇ ਆ ਰਿਹਾ ਏ, ਤੇ ਤੁਸੀਂ ਮੈਨੂੰ ਇੰਨਾ ਥੱਲੇ ਲਿਜਾ ਰਹੇ ਜੀ ਕਿ ਉਹਦਾ ਮੰਗਤਾ ਬਣਾਓਗੇ? ਕੀ ਮੰਗਾਂ ਨੇ ਤੁਹਾਡੀਆਂ? ਉਹਨਾਂ ਨੇ ਦੱਸਿਆ ਜੀ ਆ ਸਾਡੀ ਟੈਂਚੀ ਬਣ ਜੇ, ਪਾਣੀ ਵਾਲੀ ਸਾਡੇ ਆ ਕੁਝ ਬਣ ਜਾਣ, ਦੋ ਚਾਰ ਕਹੀਆਂ। ਬਾਬਾ ਜੀ ਕਹਿੰਦੇ ਲਓ ਸਾਰਾ ਕੁਝ ਹੀ ਬਣ ਜਾਏਗਾ, ਬਾਬਾ ਜੀ ਬਣਾਉਣਗੇ, ਪਰ ਆਪਾਂ ਮੰਗਣਾ ਨਹੀਂ ਇਹਨਾਂ ਤੋਂ। ਤਹਿਸੀਲ ਸਰਕਾਰ ਨੇ ਅਜੇ ਨਹੀਂ ਦਿੱਤੀ, ਮਹਾਂਪੁਰਖਾਂ ਤਹਿਸੀਲ ਬਣਾ ਤੀ, ਡਾਕਖਾਨਾ ਬਣਾ ਤਾ, ਜ਼ਮੀਨ ਵੀ ਮਿਲ ਗਈ ਕਿਸੇ ਦੇ ਦਿੱਤੀ, ਪਾਣੀ ਵਾਲੀ ਟੈਂਚੀ ਵੀ ਬਣਾ ਦਿੱਤੀ, ਸਾਰਾ ਕੁਝ, ਪਟਵਾਰਖਾਨਾ ਵੀ, ਬਿਜਲੀ ਘਰ ਵੀ। ਮਹਾਂਪੁਰਸ਼ ਕਹਿੰਦੇ ਹੁਣ ਸਾਰਾ ਕੁਝ ਗੁਰੂ ਸਾਹਿਬ ਬਣਾਉਣਗੇ, ਆਪਾਂ ਗੁਰੂ ਤੋਂ ਮੰਗੇ ਆਏ। ਜੇ ਚੀਫ ਮਨਿਸਟਰ ਤੋਂ ਮੰਗਦੇ ਤਾਂ ਉਹਦੀਆਂ ਟੈਂਚੀਆਂ ਰਾਜ ਹੀ ਰਹਿ ਜਾਣੀਆਂ ਸੀ। ਇਹ ਵਾਟਰ ਬਖਸ਼ੋਂ ਦੇ ਰਹਿ ਜਾਣੇ ਸੀ। ਭਾਈ ਆਪਾਂ ਗੁਰੂਆਂ ਦੇ ਮੰਗਤੇ ਹਾਂ, ਉਹ ਤਾਂ ਸਾਡੇ ਮੰਗਤੇ, ਇਹਨਾਂ ਵਿੱਚ ਦਮ ਨਹੀਂ ਹੈਗਾ ਕੋਈ। ਜੇ ਇਹਨਾਂ 'ਚ ਕਹੀਏ ਕੋਈ ਦਮ ਹੈਗਾ ਚੀਫ ਮਨਿਸਟਰਾਂ 'ਚ, ਦੂਜਿਆਂ ਤੀਜਿਆਂ 'ਚ, ਜੇ ਅਕਾਲੀਆਂ 'ਚ ਦਮ ਸੀ ਤਾਂ ਉਦੋਂ ਲੋਕ ਨਾ ਅਕਾਲੀਆਂ ਦੇ ਖਿਲਾਫ ਹੁੰਦੇ, ਉਦੋਂ ਹੋਏ ਪਏ ਸੀ ਨਾ।
ਕਾਂਗਰਸ ਵਾਲਿਆਂ ਚ ਦਾਵੇ ਤੇ ਕਾਂਗਰਸ ਵਾਲਿਆਂ ਦੇ ਅੱਜ ਨਾ ਲੋਕੀ ਗੱਲਾਂ ਕਰਦੇ। ਇਹ ਸਭ ਆਪਣੇ ਆਪਣੇ ਸਵਾਰਥੀ, ਇਹ ਗੁਰੂ ਸਾਹਿਬ ਦੇ ਨਾਲ ਆ, ਇਹ ਤਾਂ ਆਪ ਮੰਗਤੇ ਆ ਸਾਰੇ। ਕਹਿੰਦੇ ਦੂਜੀਆਂ ਦੀ ਸੇਵਾ ਵਿੱਚ ਜੀਵਨ ਬਿਰਥਾ ਏ, ਕਛੂ ਨਾ ਹੋਈ ਹੈ ਪੂਰਨ ਅਰਥਾ। ਕੋਈ ਇਹਨਾਂ ਤੋਂ ਕੰਮ ਨਹੀਂ ਪੂਰਾ ਹੁੰਦਾ, ਨਹੀਂ ਕਰ ਸਕਦੇ। ਮਾਨਸ ਸੇਵਾ ਖਰੀ ਦੁਹੇਲੀ, ਸਾਜ ਕੀ ਸੇਵਾ ਸਦਾ ਸੁਹੇਲੀ। ਬੰਦਿਆਂ ਦੀ ਸੇਵਾ ਸਦਾ ਹੀ ਦੁੱਖਦਾਈ ਤਿਆਏ, ਸਾਧੂ ਦੀ ਸੇਵਾ ਤੈਨੂੰ ਸਦਾ ਹੀ ਸੁੱਖ ਦੇਵੇਗੀ, ਸਦਾ ਹੀ ਸਦਾ ਸੁੱਖ ਦੇਵੇਗੀ। ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰ ਹੈ ਬਤਾਈ। ਤੂੰ ਸੁੱਖ ਵਾਸਤੇ ਕਹਿੰਦਾ ਨਾ, ਡੀਸੀ ਕੋਲ ਜਾਈਏ, ਐਸਡੀਐਮ ਕੋਲ ਜਾਈਏ, ਮਿਨਿਸਟਰ ਕੋਲ ਜਾਈਏ, ਐਮਐਲਏ ਕੋਲ ਜਾਈਏ, ਸੁੱਖ ਵਾਸਤੇ ਵੱਡਿਆਂ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਕੋਲ ਜਾਈਏ ਆ ਸੁੱਖ ਲੈਣ ਵਾਸਤੇ। ਇਹ ਕੋਈ ਸੁੱਖ ਨਹੀਂ ਉਹ ਦੇਣ ਵਾਲਾ। ਜੇ ਤੂੰ ਸਦਾ ਲਈ ਸੁੱਖ ਚਾਹੁੰਦਾ ਹੈ ਨਾ, ਤੇ ਸਾਧੂ ਦੀ ਸੰਗਤ ਵੱਲ ਮੂੰਹ ਕਰ ਲਾ, ਸਿੱਧਾ ਸਿੱਧਾ ਮੂੰਹ ਕਰ ਲਾ, ਮਗਰ ਲੱਗ ਜਾ ਉਹਨਾਂ ਦੀ। ਜੋ ਪ੍ਰਤਾਪ ਸਾਡੇ ਕੋਲ ਇਹ ਸਾਧੂਆਂ ਦਾ ਹੈ, ਮਹਾਂਪੁਰਖਾਂ ਦਾ ਹੈ। ਇਹ ਤੂੰ ਜੇ ਚਾਹੁੰਦਾ ਹੈ ਤੇ ਫਿਰ ਜਾ, ਫਿਰ ਤੈਨੂੰ ਐਡਰੈਸ ਦਿੰਦੇ ਹਾਂ, ਸਾਧੂ ਸੰਗਤ ਗੁਰ ਹੈ ਬਤਾਈ, ਗੁਰਾਂ ਨੇ ਦੱਸੀਏ ਉੱਥੇ ਜਪੀਏ ਫਿਰ। ਓਹ ਜਪੀਏ ਕੇਵਲ ਨਾ, ਸਾਧੂ ਸੰਗਤ ਬਾਰ ਗਰਾ। ਇਹ ਹੈ ਸਾਧ ਸੰਗਤ ਦੇ ਲਾਭ, ਇਹ ਵਡਿਆਈ ਸਾਧ ਸੰਗਤ ਦੀ ਹੈ। ਘੜੀਆਂ ਜਿਹੜੀਆਂ ਪਲ ਘੜੀਆਂ ਸਾਡੀਆਂ ਬਾਬਾ ਕੁੰਦਨ ਸਿੰਘ ਜੀ ਨਾਲ ਬੀਤੀਆਂ, ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨਾਲ ਬੀਤੀਆਂ, ਹੋਰ ਮਹਾਂਪੁਰਸ਼ਾਂ ਨਾਲ ਬੀਤੀਆਂ, ਉਹੋ ਹੀ ਪਲੀਆਂ ਨੇ। ਅੱਜ ਕੀ ਕਰ ਲਾਂਗੇ? ਅੱਜ ਉਹ ਸਮੇਂ ਥੋੜਾ ਆਉਣ ਲੱਗੇ। ਸੰਭਲ ਤੇ ਕਮਾਈਆਂ ਕਰ, ਮਹਾਂਪੁਰਸ਼ਾਂ ਦੀ ਸੰਗਤ ਇੱਕ ਗਿਆ ਬੁੱਧ ਨਾ, ਬੁੱਧ ਆਸ਼ਰਮ ਗਿਆ ਵਿੱਚ, ਉੱਥੋਂ ਦਾ ਮੁਖੀ ਭਗਤ ਭਗਵਾਨ ਗਿਰੀ ਜੀ ਜਵਾਲਾਮੁਖੀ ਦੀ ਯਾਤਰਾ ਤੇ ਸੇਵ ਚੇਲਿਆਂ ਸਮੇਤ ਜਾ ਰਹੇ ਸੀ। ਸੁਣਿਆ ਕਿ ਇਸ ਸਮੇਂ ਵਿਸ਼ਨੂੰ ਦਾ ਅਵਤਾਰ ਗੁਰੂ ਸਤਵੇਂ ਪਾਤਸ਼ਾਹ ਨੇ ਆਖੋ ਸ੍ਰੀ ਵਾਹਿਗੁਰੂ, ਤੇ ਸਤਵੇਂ ਪਾਤਸ਼ਾਹ ਉਸ ਭਗਤ ਭਗਵਾਨ ਗਿਰੀ ਨੇ ਕਿਹਾ ਵੀ ਸੁਣਿਆ ਇਹ ਵਿਸ਼ਨੂੰ ਦਾ ਅਵਤਾਰ ਨੇ, ਮੈਂ ਤਾਂ ਮੰਨਾਂਗਾ ਵਿਸ਼ਨੂੰ ਦਾ ਅਵਤਾਰ ਹੈ, ਮੈਨੂੰ ਵਿਸ਼ਨੂੰ ਦੇ ਰੂਪ ਚ ਦਰਸ਼ਨ ਦੇ। ਸਤਵੇਂ ਪਾਤਸ਼ਾਹ ਇਸ ਇਲਾਕੇ ਸਾਰੇ ਤੇ ਗੁਰੂ ਹਰਿਰਾਜ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ, ਪੁੱਛੋ ਦੇ ਇਲਾਕੇ ਤੇ ਬਹੁਤ ਮਿਹਰਾਂ ਦਿੱਤੀਆਂ, ਪਿੰਡ ਪਿੰਡ ਜਾ ਕੇ ਬਖਸ਼ਿਸ਼ਾਂ ਵੰਡੀਆਂ। ਦਰਗਾਹੀ ਅਕਾਲ ਪੁਰਖ ਦੀ ਜੋਤ ਸੀ ਗੁਰੂ ਸਤਵੇਂ ਪਾਤਸ਼ਾਹ,
ਇਹ ਫੁਰਨਾ ਬਣਾ ਕੇ ਗਿਆ ਵੀ ਇੱਕ ਤਾਂ ਮੈਨੂੰ ਗਰਮ ਗਰਮ ਪ੍ਰਸ਼ਾਦ, ਦੂਜਾ ਵਿਸ਼ਨੂੰ ਭਗਵਾਨ ਦੇ ਸਰੂਪ ਵਿੱਚ ਦਰਸ਼ਨ ਦੇਣ, ਫਿਰ ਮੈਂ ਮੰਨਾਂਗਾ। ਜਦੋਂ ਗਿਆ ਗੁਰੂ ਸਤਵੇਂ ਪਾਤਸ਼ਾਹ ਦੇ ਕੋਲ, ਉਹਨਾਂ ਨੇ ਉਵੇਂ ਹੀ ਦਰਸ਼ਨ ਦਿੱਤੇ ਵਿਸ਼ਨੂੰ ਦੇ ਭਗਵਾਨ ਚ। ਵਿਸ਼ਨੂੰ ਭਗਵਾਨ ਦੇ ਰੂਪ ਵਿੱਚ ਦਰਸ਼ਨ ਦਿੱਤੇ, ਕਹਿੰਦੇ ਵੀ ਮਹਾਂਪੁਰਸ਼ਾਂ ਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਖਵਾਉਣਾ ਹੈ, ਠੰਡਾ ਨਹੀਂ ਹੋਣਾ ਚਾਹੀਦਾ। ਸਾਰੇ ਸੇਵਕਾਂ ਨੂੰ, ਮਹਾਂਪੁਰਖਾਂ ਨੂੰ ਗਰਮ ਗਰਮ ਪ੍ਰਸ਼ਾਦ ਖਵਾਇਆ, ਵਿਸ਼ਨੂੰ ਦੇ ਰੂਪ ਵਿੱਚ ਦਰਸ਼ਨ ਦਿੱਤੇ, ਮੰਨ ਗਏ ਕਿ ਇਹ ਵਿਸ਼ਨੂੰ ਧਰਤੀ ਤੇ ਆਇਆ ਆਪ ਅਕਾਲ ਪੁਰਖ। ਉਹ ਨਿਰਵਿਕਾਰ ਵਿਸ਼ਨੂੰ ਕੀ ਤਾਰ ਮੂਰਤ, ਨਾਮ ਔਰ ਕੀਰਤਨ ਸੇ ਪ੍ਰਿਥਵੀ ਕਾ ਬੋਝ ਉਤਾਰਾ। ਭਗਵਾਨ ਬੋਧ ਗਿਆ ਦਾ ਮੁਖੀ, ਬੁੱਧ ਧਰਮ ਦਾ, ਗੁਰੂ ਸਾਹਿਬ ਦਾ ਸਿੱਖ ਹੋ ਗਿਆ। ਸਾਰੇ ਚੇਲਿਆਂ ਨੇ ਵੀ ਚਰਨਾ ਅੰਮ੍ਰਿਤ ਲਿਆ ਤੇ ਜਵਾਲਾਮੁਖੀ ਦੀ ਯਾਤਰਾ ਚੱਲੇ ਸੀ। ਕਹਿੰਦੇ ਹੁਣ ਤਾਂ ਫਾਲਤੂ ਹੀ ਇਹ ਜਵਾਲਾਮੁਖੀ ਦੀ ਯਾਤਰਾ, ਆਖੋ ਸੀ ਉਹ ਆਣੀ ਮਿਲ ਗਏ, ਉੱਥੇ ਨਹੀਂ ਗਏ। ਫਿਰ ਜਵਾਲਾਮੁਖੀ ਦੀ ਯਾਤਰਾ ਵੀ ਗੁਰੂਆਂ ਦੇ ਚਰਨਾਂ 'ਚ ਹੀ ਸੰਪੂਰਨ ਕਰਤੀ ਕਿ ਹੁਣ ਹੁਣ ਕੀ ਕਰਨ ਜਾਣਾ ਹੈ। ਜਦੋਂ ਖੁਦ ਭਗਵਾਨ ਵਿਸ਼ਨੂੰ ਹੀ ਮਿਲ ਗਏ ਨੇ, ਹੁਣ ਪੱਥਰਾਂ ਨੂੰ ਮੱਥੇ ਟੋਕਣ ਜਾਣਾ, ਧਰਤੀ ਦੀਆਂ ਕਰਮਾਂ ਮਾਰਨ ਜਾਣਾ, ਗੇੜੇ ਕੱਢਣ ਜਾਣਾ। ਜਦੋਂ ਮਨ ਦੀ ਸ਼ਾਂਤੀ ਤੇ ਮਨ ਦਾ ਆਨੰਦ ਜਿੱਤ ਮਿਲਿਆ, ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ, ਤੇ ਫਿਰ ਪੱਥਰਾਂ ਦੇ ਕੋਲ ਕੀ ਲੈਣ ਜਾਣਾ, ਤੀਰਥਾਂ ਦੇ ਕੀ ਲੈਣ ਜਾਣਾ। ਜਦੋਂ ਮਾਲਕ ਹੀ ਮਿਲ ਗਿਆ ਹੈ, ਸਾਰੀ ਦੁਨੀਆ ਦਾ ਮਾਲਕ ਮਿਲ ਗਿਆ ਹੈ, ਸਾਰੇ ਚੇਲਿਆਂ ਸਮੇਤ ਫਿਰ ਉਹਨਾਂ ਨੇ ਗੁਰਸਿੱਖੀ ਦਾ ਬੜਾ ਪ੍ਰਚਾਰ ਕੀਤਾ। ਮਹਾਰਾਜ ਦੇ ਸਦਵੇਂ ਪਾਤਸ਼ਾਹ ਦੇ ਕੀਰਤਪੁਰ ਸਾਹਿਬ ਦਰਸ਼ਨ ਕੀਤੇ, ਫਿਰ ਉਹਨਾਂ ਨੇ ਕਿਹਾ ਹੁਣ ਜਵਾਲਾਮੁਖੀ ਦੀ ਯਾਤਰਾ ਨਹੀਂ, ਹੁਣ ਤਾਂ ਕੀਰਤਪੁਰ ਦੀ ਯਾਤਰਾ ਹੀ ਸਭ ਤੋਂ ਉੱਚੀ ਹੈ, ਇਹ ਭਗਵਾਨ ਦੀ ਯਾਤਰਾ। ਸੇਵਾ, ਮਹਾਂਪੁਰਖਾਂ ਦੀ ਸੇਵਾ ਕਰ, ਮਹਾਂਪੁਰਖਾਂ ਦੀ ਸੰਗਤ ਕਰ ਤੇ ਲਾਹਾ ਖੱਟ ਲਾ, ਆ ਸਮਾਂ ਨਾ ਗਵਾਓ। ਇਹ ਸਭ ਨੂੰ ਸੁੱਖ ਦੇਣ ਵਾਲਾ, ਸਭ ਨੂੰ ਤੇ ਸਭ ਦੇ ਦੁੱਖ ਦੂਰ ਕਰਨ ਵਾਲਾ, ਡਬਲ ਬਖਸ਼ਿਸ਼ ਏ ਦੂਰੀਆਂ। ਇਹ ਸਾਧ ਸੰਗਤ ਸਭ ਦੇ ਮੱਥੇ ਦੇ ਲੇਖ ਲਿਖਣ ਵਾਲੀ ਤੇ ਪਿਛਲੇ ਮਾੜੇ ਕਰਮ ਮੇਟਣ ਵਾਲੀ, ਡਬਲ ਬਖਸ਼ਿਸ਼ ਏ। ਦੁੱਖਾਂ ਦਾ ਨਾਸ ਕਰਦੀ ਏ ਸਾਧ ਸੰਗਤ, ਸੁੱਖਾਂ ਦੀ ਦਾਤ ਦਿੰਦੀ। ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਗੁਰੂਆਂ ਨੇ ਕਿੰਨੇ ਕੁ ਦੁੱਖ ਕੱਟ ਦਿੱਤੇ ਆ, ਕਿੰਨੀਆਂ ਕੁ ਮੁਸ਼ਕਲਾਂ ਹੌਲੀਆਂ ਕਰਤਾ, ਅਸੀਂ ਤਾਂ ਛੋਟੀ ਜਿਹੀ ਮੁਸ਼ਕਲ ਨੂੰ ਲਈ ਫਿਰਦੇ ਹਾਂ। ਸੇਵਾਦਾਰ ਦੇ ਕੰਡਾ ਵੱਜਿਆ ਬਹੁਤ ਜ਼ਬਰਦਸਤ, ਸੋਚਿਆ ਵੀ ਮਹਾਂਪੁਰਸ਼ਾਂ ਦੀ ਸੇਵਾ ਲਿਆਉਂਦਿਆਂ, ਦੁੱਧ ਲਿਆਉਂਦਿਆਂ ਇਹ ਹਾਲ ਹੋਵੇ,
ਚੰਗੀ ਗੱਲ ਹੈ ਕੋਈ, ਇੰਨਾ ਦੁੱਖ ਆਉਣਾ ਨਹੀਂ ਚਾਹੀਦਾ। ਸੂਲ ਵੀ ਬੜੀ ਤਿੱਖੀ ਸੀ, ਬੜੀ ਮੋਟੀ ਸੀ, ਪੈਰੋਂ ਵੀ ਪਾਰ ਲੰਘ ਗਈ। ਐਡਾ ਦੁੱਖ ਮਹਾਂਪੁਰਖਾਂ ਦੇ ਕੋਲ ਆਉਂਦਿਆਂ, ਦੁੱਧ ਲਿਆਉਂਦਿਆਂ, ਸੇਵਾ ਲਿਆਉਂਦਿਆਂ, ਪੁੱਛੋ ਵਾਲਿਆਂ ਕੋਲ। ਤੇ ਮਹਾਂਪੁਰਖ ਕਹਿਣ ਲੱਗੇ, ਬਈ ਤੂੰ ਤਾਂ ਸੂਲ ਤੇ ਹੀ ਤੜਫਣ ਲੱਗ ਪਿਆ ਏ, ਜੇ ਕਿਤੇ ਤੈਨੂੰ ਸੂਲੀ ਚੜ੍ਹਨਾ ਪੈਂਦਾ ਤੇ ਫਿਰ ਆਖੋ ਸੀ, ਅੱਜ ਅੱਜ ਤੈਨੂੰ ਫਾਂਸੀ ਦੀ ਸਜ਼ਾ ਸੀ, ਅੱਜ ਸੂਲੀ ਦੀ। ਆ ਤੇਰੀ ਇੱਥੋਂ ਤੇਰਾ ਰੋਲਾ ਪੈਣਾ ਸੀ, ਇਹ ਤੇਰੇ ਕਲੇਸ਼ ਵਾਧੇ ਵਾਧੇ ਕੇਸ ਬਣ ਕੇ, ਤੂੰ ਜਦੋਂ ਦੀ ਦੁੱਧ ਦੀ ਸੇਵਾ ਸ਼ੁਰੂ ਕੀਤੀ ਹੈ ਨਾ, ਉਦੋਂ ਤਾਂ ਤੇਰੇ ਗੇੜੇ ਇੱਧਰ ਹੀ ਲੱਗਦੇ, ਤੇਰੇ ਤਾਂ ਕੋਰਟ ਕਚਹਿਰੀਆਂ ਥਾਣਿਆਂ ਜੇਲ੍ਹਾਂ ਦੇ ਵਿੱਚ ਤੂੰ ਰਹਿਣਾ ਸੀ, ਜਿਹੜਾ ਤੂੰ ਇੱਥੇ ਸਾਡੀ ਜੇਲ੍ਹ 'ਚ ਕੱਟ ਜਾਂਦਾ ਸਾਰਾ ਦਿਨ, ਇਹ ਤੇਰੀ ਉਦੋਂ ਲਈ ਜੇਲ੍ਹਾਂ ਕੱਟੀਆਂ ਗਈਆਂ। ਤੂੰ ਤਾਂ ਇੰਨੇ ਲਾਂਭੇ ਦਿੱਤੇ ਸਾਨੂੰ ਸੂਲ ਤੇ ਹੀ ਵੱਜੀ ਦੇ, ਤੇ ਭਾਈ ਜੇ ਤੈਨੂੰ ਸੂਲੀ ਚੜ੍ਹਨਾ ਪੈਂਦਾ ਫਿਰ ਫਿਰ ਕੀ ਕਹਿੰਦਾ ਤੂੰ ਰੱਬ, ਅੱਜ ਤੈਨੂੰ ਸੂਲੀ ਤੇ ਚੜ੍ਹਨਾ ਪੈਣਾ ਸੀ। ਅੱਜ ਅਸੀਂ ਛੋਟੇ ਛੋਟੇ ਦੁਖੀ ਮਹਾਂਪੁਰਖਾਂ ਦੇ ਗੁਰੂਆਂ ਨੂੰ ਉਲਾਂਭੇ ਦਿੰਦੇ ਹਾਂ, ਸਾਨੂੰ ਇਹ ਨਹੀਂ ਪਤਾ ਕਿ ਕਿੱਡੇ ਵੱਡੇ ਪਹਾੜ ਉਹਨਾਂ ਨੇ ਸਾਡੇ ਸੌਖੇ ਕਰਕੇ ਲੰਘਦੇ ਆ, ਕਿੱਡੀਆਂ ਕੁ ਸਾਡੀਆਂ ਮੁਸ਼ਕਲਾਂ ਕੱਟਤੀਆਂ। ਅੱਜ ਤਾਂ ਥੋੜੀਆਂ ਥੋੜੀਆਂ ਗੱਲਾਂ ਤੇ ਰੋ ਪੈਂਦੇ ਹਾਂ, ਰੋਟੀ ਨਹੀਂ ਮਿਲੀ, ਪਾਣੀ ਨਹੀਂ ਮਿਲਿਆ, ਸਤਿਕਾਰ ਨਹੀਂ ਮਿਲਿਆ, ਮਾੜਾ ਜਿਹਾ ਕੋਈ ਦੁੱਖ ਹੋ ਗਿਆ, ਤੇ ਪਤਾ ਨਹੀਂ ਸਾਡੇ ਕਿੱਡੇ ਵੱਡੇ ਵੱਡੇ ਦੁੱਖ ਤਕਲੀਫਾਂ ਉਹਦੀ ਮਿਹਰ ਦੇ ਨਾਲ ਉਹ ਗੁਰੂਆਂ ਨੇ ਸਾਡੀਆਂ ਕੱਟੀਆਂ ਨੇ। ਜੇ ਅੱਖੀ ਦੇਖੀਏ ਤੇ ਪਤਾ ਲੱਗਦਾ ਹੈ, ਪਰ ਜਿਹੜੀਆਂ ਮਹਾਂਪੁਰਸ਼ਾਂ ਨੇ ਲੰਘਾਤੀਆਂ, ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਸਾਰੀ ਸੰਗਤ ਬੋਲਿਆ ਕਰੋ, ਸਾਰੀਆਂ ਬੀਬੀਆਂ ਬੋਲੋ, ਜ਼ੋਰ ਲਾ ਕੇ ਬੋਲੋ। ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਜਿਹੜੀ ਮਜਲ ਸੁਣੀ ਦੀ ਔਖੀ, ਉਹ ਲੰਘ ਜਾਵੇਗਾ ਸੌਖੀ। ਰੱਬ ਸੱਚੇ ਵੱਲ ਜਾਵੇ, ਸਤ ਸੰਗਤ ਮੇਰਾ ਪਾਵੇ। ਰੱਬ ਸੱਚੇ ਵੱਲ ਜਾਵੇ, ਸਤ ਸੰਗਤ ਮੇਰਾ ਪਾਵੇ। ਜਿਹੜੀ ਮਜਲ ਸੱਚੇ ਵੱਲ ਜਾ।
जावेगा तू रब सच्चे वल जावे सत संगत फेरा पावे जे तू रब सच्चे वल जावे सत संगत फेरा पावे सर संगत फेरा पावे ये तू रब सच्चे वल जावे सर संगत फेरा पावे पड़ा हो रहा सब मां संपण पाठ जड़े पाठी लगे उन्होंने जड़िया संगत तन मन धन नाल सेवा कर रही उन्होंने जड़े कथा कीर्तन सुन रहे ने कर रहे ने उन्होंने जड़े पाठ कर रहे ने सुन रहे ने उन्होंने ते होर तुहानू दसीए जेड़े इत्थे नहीं आउंदे उन्हां दा भी पड़ा हुंदा जेड़े इत्थे नहीं आउंदे उन्हां दा भी इलाके दा भी पड़ा हुंदा सारे भावें बेशक वो नहीं आउंदे जेड़े इत्थे गुण गाउंदे उस्तत करदे उन्हां दा भी पड़ा हुंदा है जेड़े माड़ा बोलदे आ उन्हां दा भी पड़ा हो जांदा नां दा लैंदे ही है ना थोड़ा बहुत सब दा पड़ा परमात्मा कर जे रब हवा देंदा है तो सारिया नू देंदा है किसे ना फर्क रखता है सूरज की रोशनी दिती उन्हें सारिया नू दिती है जे धरती दिती परमात्मा ने सब नू दिती है वो फर्क करता भी मैं हवा इनू घट देनी है नाम जपदा है इनू वध देनी इनू धुप सूरज की ज्यादा देनी इनू घट देनी इन्हें मीह ज्यादा पाउणा इन्हें भाई यज्ञ किया नाम जपया इन्हें खेत पूरे भरने इन्हों ने हिस्सा नहीं पाया इन्हों के नहीं भरने पर परमात्मा तो सारिया भरेगा यज्ञ भावें दसाने किया है आ जरा इतने नाम जपया जा रहा है ना पूरे इलाके का ही पड़ा है पूरे इलाके का ही सारिया का गरीब गुरबे का माड़े जे रब की धुप जे रब की हवा जे रब की धरती जे रब का पानी सब लीए तो उनकी दाते की मेहर भी सारे लीए आखो जी पर कहते भी फर्क तो थोड़ा जा हैगा है। फर्क की है जिन्हें धुप संभाल ली उन्हें वध लाहा लै लिया धुप तो बिजली बना ली धुप तो जिन्हें पानी संभाल लिया पानी का वध लाहा खट लिया यह संभालते हैं हुण रब ने मेहर सारिआं दी कीती हवा सब नू दित्ती किसे ने उस हवा का सुख लिया किसे ने नहीं लिया दाते ने मेहर सब ते कीती है जिन्हां ने तुसीं संभाल ली आण के तू तुहानूं ज्यादा गफ्फा मिल गया जिन्हां नहीं संभाली फिर भाई उहनां दे भाग ए कहिंदे सभनां ते किरपा है तेरी किसे थोड़ी किसे खनेरी सारिया दे किरपा इको ही है मी इको जिहा पैंदा है बाणी च दस्या है कि जदों सौण दा मीह पैंदा है ना ते चारां दा नां लिया भी चारां दा तां कम बड़ा माड़ा हुंदा है जिवें कहिंदे आ ना भी भांडे वाली जां टांडिआं वाली एक घुमियारा दे व्याही सी कुड़ी एक जिमीदारा दे ते मां प्यो मिलन गए अपने धियां नूं एक ने कहा भी जे रब ने मीह पाता मेरा तो सारा हवा बह जाएगा
मैं भांडिया का आवा पाया है, जे मीह पै गया तो मेरा आवा खराब। दूजी कहती साड़ी बक्की सड़ती पई है, जे मीह पै गया तो बच जाएगी, जे ना पिया तो सड़ जाएगी। हुण कहन लगा धीए जा तां भांडे वाली बचनी जां टांडे वाली, एक ही बचनी दोवां चों, एक दा तां नुकसान होना ही। कहिंदे ने मीह पैंदा ना, नानक सावण जे वसे चौ माह होए, नागा मिर्गा मछियां रसिया करतन होए। नानक सावण जे वसे चौ बछुआ होए, गाई पुत्ता निरतना पंथी चाकर होए। गावां नूं बच्चियां नूं निरतना नूं मजदूरी करन वालियां नूं पंछियां नूं दुख हुंदा है जदों मीह पैंदा है, ते सप्पां नूं इन्हां नूं खुशी हुंदी, मिर्गां नूं मछियां रसिया करतन होए। इस तरह करके चारां नूं हुंदा है फायदा। जदों मीह पैंदा चारां दा, जिन्हें दिहाड़ी करनी उहदी दिहाड़ी रह गई, जिन्हें जिंदा खेतीबाड़ी है उन्हूं फायदा हो गया। कई चीजा कईयां दे लई फायदेमंद, उहो ही उन्हां लई नुकसानदायक। मेहरदाते ते सारिआं ते आ, महापुरशां दी किरपा बख्शिश सारिआं दे उत्ते ही है। जे रब सच्चे वल जावे, सत्संगत पेरा पावे, जेड़ी मजल सुनी दी औखी, ओ लंघ जाएगा सौखी। इत्थे औखियां घाटियां जेड़ियां ने, औखियां मुसीबतां ने, ओ टल जांदियां ने, बड़ियां सौखियां हो के लंघ जांदियां। सुपने च मिट जांदे आ दुख रोग। जिन्हें इतने सारी याद में समा बताया, हूँ बारह तो उत्ते टाइम चला गया ना। कहते होंगे ना जो किसी नूं सगन पाओ जां पैसे रखो उदों बधा के देने चाहिए एक रुपया, जे दस देने तो कहते ग्यारह, इक्की, इकत्ती, इकवंजा, एक सौ एक। कहिंदे एक उत्ते वधाउण नाल दूजे घर च पहुंच जीदा। एक सौ एक दिता तो दो सौ का फल, सौ दिता तो सौ का फल, इक्की दिते आ तो तीहां का फल हो गया, एक उत्ते चला गया। तो आ जिहड़ा आपां बारह दे उत्ते समा करता है, अपना ये दो दिनों की कृपा बख्शिश हो गई। अमृत वेला भी विच आ गया, रात का वेला भी संभाल लिया संगतां ने, अमृत वेला भी संभाल लिया। शामा तो लैके बैठे सारे हुण ताई गुरु चरणा विच आपदा समा सफल कर रहे हां। यह साडे गुरु साहब ने भाग कर्म ते सत्संग दीआं घड़ियां साडे मत्थे ते लिखियां, वो सानू प्राप्त होईआं ते उहना संगत उहना सदका साडा पार उतारा होया। हुण सानू आसरा गुरु दे चरणा दा ऐ, गुरु दी साध संगत दा आसरा ऐ, गुरु दे चरणा दा आसरा ऐ, ओट साध संगत दी ऐ। कि जिवें महापुरशां ने कहा सी ना, औखे समय लंघ जांदे भाई, असीं तां थोड़े थोड़े नूं रोने आ दुख, आ दुख इह तां निक्के निक्के ही बचाया बकाया बचिया। वड्डे वड्डे तां परमात्मा ने सेवा सिमरन ने भगती ने तेरे खत्म करती, थोड़ा जिहा भोग भोगना पैंदा। सूली तो सूल होया तो सूल का कंडा तो चुभना ही लगना ही है ना, थोड़ा बहुता दुख सहना पैंदा तो असी फिर दुखी हो जाने। रब नूं उलांभे देने असी, इन्ना भगती करते, इन्ना नाम जपते, सानू आ मुश्किलां बड़िया ही रहिंदियां ने,
आ तकलीफा निकिया मोटिया तेरे अगे केड़िया चीजा ने वड़िया ने। पर सानू इन्ना ज्ञान नहीं कि साढ़े किन्ने कु दुख परमात्मा टाल रहा है, सिन किड़े कु साढ़े माड़े कर्मा दा वो पड़ा कर रहा है। सानू कोई खबर नहीं, कोई खबर नहीं सानू। जे कि असी पूरा जान लईए तो फिर ना कदी बोलिए, फिर आखिए दाता रहम कर रहम कर रहम कर। बड़े बड़े भयानक सुपने आउंदे आ, जे वो सच हो जान फिर भाई फिर की बनेगा। जेड़े भयानक सुपने तेनू आए जे वो सच होण, वो तेनू परमात्मा ने दिखाए तेरे कर्म ने। आखो श्री जेड़े तू भोगने सी वो हुण तेरे सुपनिया च ही लंघते जा रहे ने, सूली तो सूल होके लंघता जा रहा। महापुरुष कहते सी ये सूली तो सूल हो गया, नाम जपो सिमरन करो कि तुहाडा रब ने परमात्मा ने आने वाला दुख सुपने च ही कढ दिता। जिहड़ा तुहाडे ते पैणा सी वरतना सी वह दुख सुपने च कढता है, ते भेटा दिओ। फिर खंड पाठ कराओ, पंजाह पाठ सुखमनी दे कर लो, 250 पाठ जपजी साहब का कर लो, पुण दान माया कढ लो गुरु दे अर्थ। जे माड़ा सुपना भी आवे ना तो कोई ना कोई भले अर्थ पुण दान कर दिओ, भेटा दे दिओ, फिर की होएगा? फिर तुहाडा वो रोग सुपने च लंघ जाएगा। तो नहीं तो भाई सुपना सच हो सकता है। आखो सी याद रखियो, सुपने सकार हो जाते भी आ दुख मैं सुपने च वेखिया सी ये तो होके ही हटिया। उन्हों टालन वास्ते बीमारी है तो बीमारी के इलाज लई डाक्टर कोल पहलो ही पहुंच जाओ। जरूर हार्ट अटैक होए तो पहुंचना है, जे पता लग गया भी काम खराब होना रहे, रोग का पहलो पता लग जाए तो डाक्टर बड़ी छेती काबू पा लेंदा। गुरु जी की बिरता होए गुरु पे अरदास कर, गुरु अगे टैप हो जाके कि आ मैं दुख देखे आए, ये मेरे ते मेर कर दात्या, ये दुख मेरा कट दे, मेरा दुख काटो। सुखमणी दे पाठ कर, जब जी दे महापुरखां दी टेक ले, बेनती कर, ते ए तेरियां मुसीबतां जेड़ियां ने जड़िया सुनिया ने ना ये सच नहीं होणगियां, ये गुरु खत्म कर देगा। पुलिस आलियां नूं पता लग जाए ना फलानी थां ते बंब पिया है, वो फिर उत्थी उहनूं खत्म कर देंदे आ, नहीं तां वो चल जाए ते सारा स्टेशन ही उड़ा देना सी, रेल गड्डी उड़ा देनी सी। वो पता लग गया पहलों सूह मिल गई, उन्होंने उन्होंने उत्थी भस्म करता, नुकसान नहीं होने दिता। जेड़े दुख तकलीफा सानू पता लग जाता है ना गुरु की कृपा नाल, कोई दस देवे भाई तेरे ते दुख आने वाला, सुपने च पता लग जाए उस समय फिर उनका इलाज गुरुआं नाल मिलके कर लिए। दुख आया तो डाक्टरां को जाइए, कर्मा का कोई दुख रोग बड़ा है तो महापुरशा के को जाइए, गुरु दरबार से जाइए, कोई सेवा कमालिए। सतगुरु घड़िया जड़िया औखिया घड़िया ने वह सौखिया करके लंघा देंगे, समय टाल देंगे, महापुरश दुख कट देंगे।
ਹੁਣ ਆਪਾਂ ਸਮਾਪਤੀ ਕਰਾਂਗੇ, ਹੁਕਮਨਾਮਾ ਹੋਏਗਾ। ਗੁਰੂ ਦੇ ਚਰਨਾਂ ਦੇ ਵਿੱਚ ਇਹ ਸ਼ਕਤੀ ਇਹ ਸਮਰੱਥਾ ਹੈ, ਗੁਰ ਧੂੜੀ ਬੁਰੇ ਲੇਖ ਮਿਟਾਏ। ਸੁਦਾਗਰ ਦੇ ਘਰ ਵਾਲੀ ਨੂੰ ਰਾਜਾ ਸੁਨੇਹਾ ਭੇਜਦਾ ਸੀ ਵੀ ਮੇਰੇ ਕੋਲ ਆ ਜਾ। ਉਹ ਨਾ ਗਈ, ਮੇਰਾ ਪਤੀ ਵਰਤਾ ਧਰਮ ਨੇ। ਇੱਕ ਦਿਨ ਸੋਚਿਆ ਮੇਰਾ ਪਰਿਵਾਰ ਮਰੇਗਾ, ਨੁਕਸਾਨ ਹੋਏਗਾ, ਰਾਜਾ ਕਰੇਗਾ, ਮੈਂ ਚਲੀ ਜਾਵਾਂ। ਧਰਮ ਤੋਂ ਡੋਲੀ ਤੇ ਸੋਚਿਆ ਮਹਾਂਪੁਰਖਾਂ ਨੂੰ ਮੱਥਾ ਟੇਕ ਜਾ। ਮਹਾਂਪੁਰਸ਼ਾਂ ਦੇ ਚਰਨਾਂ ਤੇ ਮੱਥਾ ਟੇਕਿਆ, ਚਰਨ ਧੂੜ ਮੱਥੇ ਨੂੰ ਲਾਈ, ਮਹਾਂਪੁਰਸ਼ਾਂ ਦੀ ਕਿਰਪਾ ਹੋਈ। ਮਹਾਂਪੁਰਖਾਂ ਅੱਗੇ ਅਰਜ ਕੀਤੀ, ਮਹਾਂਪੁਰਖ ਕਹਿੰਦੇ ਬੀਬੀ ਜਾ ਹੁਣ ਤੂੰ ਵਾਪਸ ਘਰੇ ਬਹਿ ਜਾ, ਨਾ ਤੈਨੂੰ ਰਾਜਾ ਸੁਨੇਹਾ ਭੇਜੇ ਨਾ ਤੂੰ ਜਾਵੇਂ, ਤੇਰਾ ਖੋਟਾ ਕਰਮ ਸੀ ਜਿਹੜਾ ਅੱਜ ਇੱਥੋਂ ਦੀ ਧੂੜ ਤੇਰੇ ਮੱਥੇ ਨਾਲ ਲੱਗਣ ਨਾਲ ਇਹ ਹੁਣ ਖਤਮ ਹੋ ਗਿਆ, ਨਹੀਂ ਤਾਂ ਤੈਨੂੰ ਇਹ ਰਾਜੇ ਦੇ ਕੋਲ ਜਾਣਾ ਹੀ ਪੈਣਾ ਸੀ, ਤੇਰਾ ਧਰਮ ਭੰਗ ਹੋ ਜਾਣਾ ਸੀ ਤੇ ਨੁਕਸਾਨ ਹੋਣਾ ਸੀ। ਰਾਜੇ ਨੇ ਤੈਨੂੰ ਆਪਣੇ ਘਰ ਬਿਠਾਉਣਾ ਸੀ, ਤੇਰੇ ਪਤੀ ਨੂੰ ਮਾਰ ਦੇਣਾ ਸੀ, ਬੜੀ ਵੱਡੀਆਂ ਮੁਸੀਬਤਾਂ ਸੀ ਤੁਹਾਡੇ ਘਰ ਤੇ। ਇੱਕ ਚਰਨ ਧੂੜੀ ਜਿਹੜੀ ਅੱਜ ਤੇਰੇ ਮੱਥੇ ਨਾਲ ਲੱਗੀ ਹੈ ਨਾ, ਉਹਨੇ ਤੇਰਾ ਸਾਰਾ ਅੱਗੇ ਦੁੱਖ ਦਾ ਸਫਾਇਆ ਕਰਤਾ ਹੈ। ਹੁਣ ਜਾ ਆਪਣੇ ਘਰ, ਰਾਜਾ ਭੁੱਲ ਜਾਏਗਾ। ਕਰਮ ਖੋਟੇ ਖਿੱਚਦੇ ਸੀ, ਗੁਰ ਧੂੜੀ ਬੁਰੇ, ਗੁਰਬਾਣੀ ਚ ਲਿਖਿਆ ਗੁਰੂ ਦੀ ਧੂੜੀ ਬੁਰਿਆਂ ਲੇਖਾਂ ਨੂੰ ਮੇਟ ਦਿੰਦੀ ਹੈ, ਮਾੜੇ ਲੇਖ ਮਿਟ ਦਿੰਦੀ ਹੈ। ਇਸ ਸਾਧ ਸੰਗਤ ਵਿੱਚ ਆ ਕੇ ਮਾੜੇ ਲੇਖ ਮਿਟਦੇ, ਨਵੇਂ ਲਿਖੇ ਜਾਂਦੇ, ਦੁੱਖਾਂ ਦਾ ਨਾਸ਼, ਸੁੱਖਾਂ ਦਾ ਪ੍ਰਕਾਸ਼, ਸਾਰੀਆਂ ਗੁਰੂ ਦੀਆਂ ਕਿਰਪਾ ਹੁੰਦੀਆਂ ਹੈ। ਹੁਣ ਹਰਜਸ ਦੇ ਹੁਕਮਨਾਮਾ ਸਰਵਣ ਕਰੋ ਜੀ ਸਾਰੀ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੀਜ਼ ਸਬਸਕ੍ਰਾਈਬ ਟੂ ਆਵਰ ਯੂਟਿਊਬ ਚੈਨਲ HHC ਪੁੱਛੋ ਸਾਹਿਬ ਟੂ ਗੈਟ ਮੋਰ ਅਪਡੇਟਸ ਐਂਡ ਨਿਊ ਵੀਡੀਓਜ਼ ਆਫ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਪੁੱਛੋ ਕਲਾ।